ਬਾਜੀ ਸਤਿ ਸ਼੍ਰੀ ਅਕਾਲ। ਹੋਰ ਲੱਖਾ ਜੀ ਕਿੱਦਾਂ? ਵਧੀਆ ਵਧੀਆ ਠੀਕ। ਕਿਵੇਂ ਚੱਲ ਰਿਹਾ ਕੰਮ? ਚੱਲਦਾ ਜਾਂਦਾ। ਚਲੋ ਚਲੋ ਵਧੀਆ ਚੱਲ ਰਿਹਾ ਕੰਮ। ਹਾਂਜੀ ਫਿਰ ਹੋਰ ਵਧੀਆ ਠੀਕ ਠਾਕ, ਤੁਸੀਂ ਸੁਣਾਓ? ਕਿੰਨੀਆਂ ਫਿਰ ਅੱਜ? ਅੱਜ ਆਪਣੇ ਕੋਲ 3 ਗਾਵਾਂ ਨੇ ਤੇ 2 ਗਾਵਾਂ ਆ। ਹਾਂਜੀ ਇੱਕ ਝੋਟੀ ਜੋ। ਚਲੋ ਦੱਸੋ ਜੀ ਫਿਰ ਇਹਦੇ ਬਾਰੇ। ਜੀ ਜੀ ਤੁਸੀਂ ਸੂਏ ਵਿਆੜਾ ਚੌਥਾ ਪੰਜਵਾਂ ਦਿਨ ਸੂਈ ਨਹੀਂ ਲਿਓ। ਅੱਛਾ ਦੁੱਧ 21-22 ਕਿਲੋ ਦੁੱਧ ਤਿਆਰ ਹੈ ਇਸ ਟਾਈਮ। ਹਾਂਜੀ ਲਓ ਜੀ 21-22 ਕਿਲੋ ਤਿਆਰ ਆ ਜੀ। ਤੇ ਦੂਜਾ ਸੂਆ ਵੈੜ? ਦੂਜਾ ਸੂਆ ਤੇ ਵੈੜ ਪੂਰੀ ਵੱਡੀ ਆ, ਛੋਟੀ ਵੈੜ ਨੀਗੀ, ਪੂਰੀ ਜ਼ਬਰਦਸਤ ਵੈੜ। ਬੱਛਾ ਮਗਰ ਆ ਗਿਆ, ਲਿਆਓ ਜੀ ਫਿਰ ਵੇਖੋ ਲੱਖਣੀ ਗਾਵਾਂ ਹੁਣ। ਤੇ ਜਸਣ ਕਿੱਧਰ ਗਿਆ ਅੱਜ? ਉਹ ਪਿੰਡ ਗਿਆ ਜੇ ਮੜਾ ਗਿਆ। ਬਸ ਠੀਕ ਆ, ਤੋਰੋ ਜੀ। ਵਾਹ ਜੀ ਵਾਹ, ਇਹੋ ਜਿਹੀਆਂ ਲੇਵੇ ਵਾਲੀ ਗਾਵਾਂ ਤੁਸੀਂ ਖੜਦੀਆਂ ਲੱਖਾ? ਚਵਾ ਚੂ ਕਿਵੇਂ ਆ? ਚਵਾ ਇੱਕ ਨਾ ਪਤਾ, ਇੱਕ ਨਾ ਪਤਾ। ਠੀਕ ਆ, ਚੱਲ ਲੋ ਲਗਾ ਮੁੱਲ ਬਾਈ। ਬਿਲਕੁਲ ਨਿੱਕੇ ਨਿੱਕੇ ਰੱਖੀ ਹੈ ਨਾ, ਕਰ ਜਾਣਾ। ਹਾਂਜੀ ਫਿਰ ਹਾਂਜੀ 65,000 ਦੀ ਪੂਰਾ 21-22 ਕਿਲੋ ਦੁੱਧ ਤਿਆਰ ਹੈ। ਚਲੋ ਜਾਣ ਦੋ, ਠੀਕ ਆ ਬਿਲਕੁਲ। ਵੇਖੋ ਜੀ ਇੱਕ ਵਾਰੀ ਫਿਰ ਲਿਆ ਲੂਗਾ। ਇਹ ਥਾਨ ਜਿਹੜਾ ਲੱਗਾ ਨਾ ਉਹ ਅਸਲੇ ਨੇ ਲੱਗ ਗਿਆ ਸੋਭਾ ਥਾਣਾ। ਬਸ ਠੀਕ ਆ ਜ਼ੋਰ ਗਾਵਾਂ ਦਿੱਤਾ ਬੜਾ ਹੈ। ਬੋਰ ਵੀ ਲੈ ਕੇ ਆਉਂਦੀ ਅੱਜ? ਠੀਕ ਆ। ਹਾਂਜੀ ਬਾਜੀ ਫਿਰ 35,000 ਦੀ ਲੈਣ ਜਾਣ। ਚਲੋ 33,000 ਦੀ ਠੀਕ ਹੈ ਬਾਜੀ, ਠੀਕ ਹੈ ਠੀਕ ਹੈ। ਚਲੋ ਆ ਗਿਆ ਮੱਝਾਂ ਹੁਣ ਗੱਬਣ। ਹਾਂਜੀ 8-9 ਕਿਲੋ ਬੋਲਾ ਹੀ ਹੈ ਜੀ। ਕੱਟਾ ਕੱਟਾ ਮਗਰ ਕੱਟਾ ਮਗਰਾ ਤੇ ਵੇਖੋ ਮੈਂ ਮੈਂ ਇਹਨਾਂ ਵਾਲੇ ਝੋਟੀ ਲਾ ਤੁਹਾਡੇ ਸਾਹਮਣੇ ਹੈ ਜੀ। ਆ ਜੀ ਚਵਾਈ ਲੱਗਿਆ ਬਾਈ ਬਿਲਕੁਲ ਵਧੀਆ ਚਵਾਈ ਇੱਕ ਨੰਬਰ। ਠੀਕ ਆ, ਆ ਤੁਹਾਡਾ ਕੈਮਰਾਮੈਨ ਵੀ ਹੈ ਨਾ, ਅੱਜ ਬੰਦਾ ਵੀ ਕੋਈ ਹੈ ਨਹੀਂ ਤੁਹਾਡੇ ਕੋਲ। ਹਾਂਜੀ ਬਾਈ ਜੀ ਫਿਰ 60,000 ਦੀ 1,000 ਚਲੋ 9,000 ਦੀ ਕਰਤਾ ਡਾਊਨ ਫਿਰ ਰੇਟ ਬਜ਼ਾਰ ਡਾਊਨ ਹੋ ਗਿਆ। ਆਜੋ ਫਿਰ ਆ ਕੱਪੜਾ ਮਈਆਂ ਥੂੜਾਂ ਦੋ ਜੇ ਬੁਰੀ ਫਿਰ ਘਰੇ ਰੱਖੀ ਆ ਬੁਰੀ ਤੋਕੜ ਗੱਬਣ ਲਈ ਝੋਟੀ। ਹਾਂਜੀ ਆ ਮਈ ਬਹੁਤ ਚੰਗੀ ਹੈ ਤੇਨੇ ਸੜਦੀ। ਲਓ ਜੀ ਵੇਖ ਲਓ ਬਾਕੀ ਭਾਈਆਂ ਕੋਲ ਬਾਕੀ ਦੋ ਦਿਨਾਂ ਦੇ ਪਸ਼ੂ ਹੈਗੇ। ਹਾਂ ਹੈਗੇ ਆ ਪਰ ਹਜੇ ਕੱਚੇ ਆ ਥੋੜੇ ਜਿਹੇ, ਬਾਕੀ ਮੇਰਾ ਵੀ ਆਓ ਇੱਥੇ ਚਵਾਈ ਕਰਕੇ ਲੈ ਕੇ ਜਾਓ। ਹੈ 15-16 ਕਿਲੋ ਵਾਲੀ ਮਈ ਮੱਝੀ ਬੁਰੀ ਵੀ ਬੜੀ ਚੰਗੀ ਆ। ਲਖਾ ਤੂੰ ਕਿੰਨੇ ਕਰੂਗੀ ਇਹ? 15-16 ਕਿਲੋ ਵਾਲੀ ਮਈ ਚੰਗੀ ਮੈਂ ਤੇ ਫਿਰ ਮੋਢਾ ਨੋੜ ਹੀ ਕਰਾਉਣਾ ਫਿਰ ਨਹੀਂ ਨਹੀਂ ਤਿਆਰ ਕਰਦੀ ਤਿਆਰ ਕਰਕੇ। ਹੈ ਚਲੋ ਠੀਕ ਆ, ਬਾਕੀ ਉਹ ਪਰਲੀ ਗਾਂ ਉਹ ਸੂਈ ਵਸੀ ਕਾਦੀ ਸਿੱਧੀ ਸੁਧੀ ਦਾ ਦਾ ਦੁੱਧ ਤੇ ਚੜਿਆ ਹੋਇਆ। ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ। ਚਲੋ ਬਾਕੀ ਮੇਰਾ ਵੀਰ ਆਓ ਇੱਥੇ ਚੈੱਕ ਕਰਕੇ ਨਾ ਬਾਈ ਜੀ। ਨੰਬਰ ਹੈਗਾ 98-46-24-311, 98-50-97-203, ਪਿੰਡ ਪੰਦੇਰ ਜ਼ਿਲ੍ਹਾ ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ।